거기가 이제 안 들어오는 날인데. 아차 아차 어떻게 터져 가져와 하던데 이게.
ਥੋੜੀ ਜਿਹੀ ਪਰੇ ਹੋ ਜਾ ਫਾਲੀ ਤਨਖਾਹ ਭੇਜਣੀ ਮੇਰੇ ਕੋ ਆਲੋ ਕਮੀਨ ਤੇਰੇ ਕਿਹੜੀ ਤਨਖਾਹ ਭੇਜਣੀ ਤਨਖਾਹ ਬਣਾ ਲੈ ਬੜੀ ਚੜਵਾ ਬਾਬੇ ਦੇ ਘਰ ਨਾ ਇਹਨਾਂ ਦੀ ਸਿਸਟਰ ਦੀ ਸ਼ਾਦੀ ਸੀ ਇਹਦੇ ਪਿਓ ਨੇ 2 ਲੱਖ ਰੁਪਇਆ ਦਿੱਤਾ ਕਿ ਪੁੱਤ ਰੋਟੀ ਖੁੱਲਣੀ ਨੀ ਚਾਹੀਦੀ ਰੋਟੀ ਪਕਾ ਦੋ ਲੱਗੇ ਖੁੱਲਣੀ ਨੀ ਚਾਹੀਦੀ ਬਾਬਾ ਜੀ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਦੋਵਾਂ ਨੂੰ ਠੁਕਾ ਲਓ ਹੋ ਸਕਦਾ
ਮੈਂ ਉਹ ਪਿਓ ਬਣ ਜਾਗਾ ਮੈਂ ਮੰਜੀਆਂ ਪੀ ਕੇ ਤੇ ਉਹ ਕਹਿ ਰਿਹਾ ਕਿ ਪਾ ਲੋ ਇਸੇ ਲਈ ਤਾਂ ਮੈਂ ਕਹਿ ਰਿਹਾ ਛੱਡ ਦੋ ਦੋ ਯਾਰ ਬਣਾ ਲੈਂਦੀਆਂ ਇਹਦੇ ਖੂਨ ਜਿਗਰ ਦਾ ਪੀ ਲੈਂਦੀਆਂ ਇਹਦੇ ਹੱਥੀ ਯਾਰ ਮਰਵਾ ਦਿੰਦੀਆਂ ਬੰਦਾ ਕਿਹਾ ਸੱਤਿਆ ਛੱਡਦੀ ਦੇਵੇ ਇਹਦੇ ਫੁੱਲ ਤਵੀਜ਼ ਕਰਾ ਹੁੰਦੇ ਨੇ
ਨਹੀਂ ਹਾਂ ਕਰਲਾ ਮਾਨ ਸਾਇਆ ਕਰਲਾ ਸਾਡਾ ਵਿਆਹ ਹੋਣਾ ਹਾਂ ਫੇਰ ਤੂੰ ਦੁਨੀਆ ਤੇ ਆਣਾ ਸਿਰੀ ਪੱਕੀ ਬੜਾ ਪਤਾ ਦੂਜੇ ਦਿਨ ਗਿਆ ਫਿਰ ਸਿਰੀ ਪੱਕੀ ਤੀਜੇ ਦਿਨ ਫਿਰ ਵੱਗੀ ਘੱਸਾ ਲਿਆ ਪਾਵੇ ਕਿ ਨਹੀਂ ਪਕਾਉਂਦਾ ਕਹਿੰਦਾ ਉਹ ਕੋਈ ਸੁੱਟਦਾ ਹੀ ਨਹੀਂ ਅੱਛਾ ਭਾਈਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਦੀ ਤੁਹਾਡੇ ਸਾਹਮਣੇ ਉਹ ਖੂਬਸੂਰਤ ਕੁੜੀ ਆਈ ਹੋਏ ਤੇ ਤੁਹਾਡਾ ਦਿਲ ਕੀਤਾ ਹੋਏ ਮੈਂ ਵੀ ਐਂ ਕਰਾਂ ਇੱਕ ਕੁੜੀ ਨੂੰ ਤੂੰ ਕੀਤਾ ਸੀ ਉਹਦਾ ਭਰਾ ਫਿਰ ਦੱਤ ਬਣ ਕੇ ਫਿਰਦਾ